ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿੱਚ ਇੱਕ ਵਾਰ ਮੁੜ ਉਹਨਾਂ ਕਾਲੇ ਦਿਨਾਂ ਦੀ ਐਮਰਜੈਂਸੀ ਦੀ ਚਰਚਾ ਸ਼ੁਰੂ ਹੋ ਗਈ ਹੈ। ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਉਣ ਦਾ ਐਲਾਨ ਇੰਨੇ ਹੀ ਦਿਨਾਂ ਦੇ ਵਿੱਚ ਕੀਤਾ ਸੀ। ਸਾਰੇ ਅਧਿਕਾਰ ਪ੍ਰਧਾਨ ਮੰਤਰੀ ਨੇ ਆਪਣੇ ਕੋਲ ਲੈ ਲਏ। ਵਿਰੋਧੀ ਧਿਰ ਦੇ ਜਿਹੜੇ ਵੀ ਆਗੂ ਸੀ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਸੁੱਟ ਦਿੱਤਾ ਅਤੇ ਮੀਡੀਆ 'ਤੇ ਸੈਂਸਰਸ਼ਿਪ ਲਾ ਦਿੱਤੀ ਗਈ। ਕੀ ਇਹਨਾਂ ਸਾਰੀਆਂ ਘਟਨਾਵਾਂ ਤੋਂ ਮੁਲਕ ਨੇ ਜਾਂ ਅਸੀਂ ਕੋਈ ਸਬਕ ਸਿੱਖਿਆ? ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਸਾਡੇ ਨਾਲ ਭਾਈ ਅਸ਼ੋਕ ਸਿੰਘ ਬਾਗੜੀਆਂ, ਜਿਹੜੇ ਕਿ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮਾਮਲਿਆਂ ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ ਹੈ, ਸਰਦਾਰ ਦੀਦਾਰ ਸਿੰਘ ਨਲਵੀ, ਜਿਹੜੇ ਕਿ ਸੀਨੀਅਰ ਸਿੱਖ ਨੇਤਾ ਨੇ, ਪ੍ਰੋਫੈਸਰ ਏਸ ਪ੍ਰਾਸ਼ਰ, ਜਿਹੜੇ ਕਿ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਨੇ। ਮੈਂ ਤਿੰਨਾਂ ਮਹਿਮਾਨਾਂ ਨੂੰ ਜੀ ਹਾਂ ਆਖਦਾ। ਨਲਵੀ ਸਾਹਿਬ, ਮੈਂ ਅੱਜ ਦੀ ਗੱਲਬਾਤ ਦਾ ਸਿਲਸਿਲਾ ਤੁਹਾਡੇ ਤੋਂ ਸ਼ੁਰੂ ਕਰਨ ਲੱਗਿਆ। ਜਿੱਦਾਂ ਇਹ ਕਿਹਾ ਜਾਂਦਾ ਕਿ ਐਮਰਜੈਂਸੀ ਜਿਹੜੀ ਉਹ 21 ਮਹੀਨਿਆਂ ਦੇ ਜਿਹੜਾ ਕਾਲਾ ਦਿਨ ਹਿੰਦੁਸਤਾਨ ਦੇ ਲੋਕਾਂ ਨੂੰ ਦੇਖਣੇ ਪਏ ਜਿਹੜਾ ਹੈਗਾ, ਉਹਦੇ ਬਾਰੇ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਉਹ ਸਾਰੇ ਦੌਰ ਨੂੰ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਐਮਰਜੈਂਸੀ ਲਾਉਣ ਵਾਸਤੇ ਇੰਦਰਾ ਗਾਂਧੀ ਨੇ ਸੋਚਿਆ ਕਿਉਂ? ਜੀ, ਮੇਰੀ ਸਮਝ ਇਹ ਕੰਮ ਕਰਦੀ ਹੈ ਕਿ ਜਦੋਂ ਉਹ ਹਾਈ ਕੋਰਟ 'ਚੋਂ ਆਪਣਾ ਮੁਕੱਦਮਾ ਹਾਰ ਗਈ, ਸੀਟ ਹਾਰ ਗਈ, ਜੀ ਜੀ, ਤਾਂ ਉਸ ਵਕਤ ਉਹਨੇ ਆਪਣੇ ਆਪ ਨੂੰ ਇਨਸਿਕਿਓਰ ਮਹਿਸੂਸ ਕੀਤਾ ਅਤੇ ਇਸ ਗੱਲ ਦੇ ਵਿੱਚ ਉਹਦੇ ਬੇਟੇ, ਛੋਟੇ ਬੇਟੇ ਨੇ ਅਤੇ ਸਿਧਾਰਥ ਸ਼ੰਕਰ ਰੇ ਅਤੇ ਹੋਰ ਕਈ ਬੰਦਿਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ। ਜੀ ਜੀ, ਅਤੇ ਮੈਂ ਇਹ ਗੱਲ ਮਹਿਸੂਸ ਕਰਨਾ ਕਿ ਐਮਰਜੈਂਸੀ ਇੱਕ ਕੌਮ ਦਾ ਇਮਤਿਹਾਨ ਵੀ ਸੀਗਾ ਕਿ ਕੌਮ ਕਿੰਨੀ ਕੁ ਜ਼ਰੂਰਤ ਵਾਲੀ ਹੈ ਅਤੇ ਇੰਟਲੈਕਚੁਅਲੀ, ਫਿਜ਼ੀਕਲੀ, ਪੋਲੀਟੀਕਲੀ ਕਿੰਨਾ ਕੁ ਖੜਾ ਹੋ ਸਕਦੀ ਹੈ। ਜਦੋਂ ਆਪਾਂ ਕੌਮ ਦੀ ਗੱਲ ਕਰਦੇ ਹਾਂ, ਸਮੁੱਚੇ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਕਿ ਜਿਹੜਾ ਪੰਜਾਬ ਵਾਲਿਆਂ ਨੇ ਆਪਣਾ ਜਿਹੜਾ ਮੋਰਚਾ ਲਾਇਆ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ? ਆਈ ਮੀਨ ਇੰਡੀਆ। ਓਕੇ, ਤਾਂ ਇਹਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਕੁਝ ਇੱਕ ਟਾਪ ਦੇ ਲੀਡਰਾਂ ਨੂੰ ਫੜ ਕੇ ਜਦੋਂ ਉਹਨਾਂ ਨੇ ਜੇਲ੍ਹ 'ਚ ਪਾ ਦਿੱਤਾ ਤਾਂ ਉਹਨਾਂ ਕੋਲ ਤਾਂ ਰਹਿ ਗਿਆ ਨਹੀਂ ਚਾਰਾ, ਪਰ ਆਮ ਆਦਮੀ ਨੇ ਗਰਦਨ ਚੁਕਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ। ਤਾਂ ਇਹ ਕੌਮਾਂ ਜਿਹੜੀਆਂ ਨੇ ਇਸ ਕਿਸਮ ਦੇ ਇਮਤਿਹਾਨਾਂ ਵਿੱਚੋਂ ਲੰਘ ਕੇ, ਡਿੱਗ ਕੇ, ਚੜ੍ਹ ਕੇ ਸਵਾਰ ਹੁੰਦੀਆਂ ਨੇ, ਪਾਰ ਹੁੰਦੀਆਂ, ਜੀ ਪਾਰ ਹੁੰਦੀਆਂ ਨੇ। ਅਤੇ ਇੰਦਰਾ ਗਾਂਧੀ ਨੇ ਦੇ ਹੱਥੋਂ ਇਹ ਗੱਲ ਹੋਣੀ ਹੋਰ ਵੀ ਮੰਦਭਾਗੀ ਹੈ ਕਿਉਂਕਿ ਇੰਦਰਾ ਗਾਂਧੀ ਉਸ ਪਾਰਟੀ ਨਾਲ ਸੰਬੰਧਿਤ ਹੈ ਜਿਸ ਪਾਰਟੀ ਨੇ ਬਹੁਤ ਲੰਬੀ ਲੜਾਈ ਲੜ ਕੇ। ਓਕੇ ਓਕੇ, ਇੰਦਰਾ ਗਾਂਧੀ ਨੇ ਇਹ ਸਾਰਾ ਕੁਝ ਕਿਉਂ ਕੀਤਾ, ਇਸ ਮੁੱਦੇ 'ਤੇ ਆਪਾਂ ਦੌਰਾ ਹੋਣੇ ਨਲਵੀ ਤੁਹਾਡੇ ਨਾਲ। ਬਾਗੜੀਆਂ ਸਾਹਿਬ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਉਹ 21 ਮਹੀਨੇ ਦੇ ਜਿਹੜੇ ਕਾਲੇ ਦਿਨ ਹੈ ਉਹਨਾਂ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਐਮਰਜੈਂਸੀ ਜਿਹੜੀ ਹੈ ਉਹ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਐਮਰਜੈਂਸੀ ਦਾ ਕੋਈ ਸਵਾਲ ਨਹੀਂ। ਜੀ ਜੀ, ਅਤੇ ਦੂਸਰਾ ਇਹ ਹੈ ਵੀ ਇਹ ਪਾਵਰ ਨੂੰ ਆਪਣੇ ਹੱਥ 'ਚ ਰੱਖਣ ਵਾਸਤੇ ਇੱਕ ਸਟੈਪ ਹੈ। ਜੀ ਜੀ, ਅਤੇ ਜਿੰਨੀ ਬੰਦਾ ਪਾਵਰ ਇਕੱਠੀ ਕਰੀ ਜਾਂਦਾ ਉਨੀ ਉਹਦੀ ਭੁੱਖ ਵੱਧਦੀ ਜਾਂਦੀ ਹੈ। ਉਹ ਕੁਰਸੀ ਨਹੀਂ ਸੀ ਛੱਡਣੀ ਚਾਹੁੰਦੀ ਅਤੇ ਉਸ ਦੇ ਕੋਲ ਜਿਹੜਾ ਰਸਤਾ ਉਹਨੂੰ ਸਜਾਇਆ ਕੀਤਾ, ਉਹਨੇ ਰਸਤਾ ਅਪਣਾਇਆ, ਜੀ, ਭੁਗਤਿਆ ਉਹ ਸਾਰੇ ਸਾਰੇ ਹਿੰਦੁਸਤਾਨ ਨੇ। ਜੀ ਜੀ, ਪ੍ਰਾਸ਼ਰ ਜੀ, ਜਿਹੜਾ ਇਹਨਾਂ ਮੁੱਦਿਆਂ 'ਤੇ ਜਦੋਂ ਆਪਾਂ ਚਰਚਾ, ਤੁਸੀਂ ਬੀਂਗ ਏ ਜਰਨਲਿਸਟ ਜਿਹੜਾ ਹੈਗਾ, ਉਸ ਵੇਲੇ ਜਿਹੜੀ ਹਫੜਾ ਦਫੜੀ ਮੱਚੀ ਹੋਏਗੀ, ਜੋ ਸਥਿਤੀ ਪੈਦਾ ਹੋਈ ਹੋਏਗੀ, ਤੁਸੀਂ ਉਹਨਾਂ ਦਿਨਾਂ ਨੂੰ ਚੇਤੇ ਕਰਕੇ ਕੀ ਕਹਿਣਾ ਚਾਹੋਗੇ? ਸਰ ਜੀ, ਇੱਦਾਂ ਹੈ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਲੱਗੀ, ਜੀ, ਅੱਜ ਤੋਂ ਠੀਕ 40 ਸਾਲ ਪਹਿਲੇ, ਬਿਲਕੁਲ 25 ਜੂਨ 1975 ਨੂੰ ਇਹ ਲਾਗੂ ਕੀਤੀ ਗਈ। ਔਰ ਇਹਦੇ ਲਈ ਮੈਂ ਸਮਝਦਾ ਕਿ ਪ੍ਰਾਈਮਰੀਲੀ ਕਿ ਓਨਲੀ ਪਰਸਨ ਰਿਸਪੋਂਸੀਬਲ ਫੋਰ ਦਿਸ ਵਾਸ ਉਸ ਵੇਲੇ ਦੀ ਜਿਹੜੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਸੀ। ਜੀ ਜੀ, ਉਹਨਾਂ ਨੂੰ ਇਲਾਹਾਬਾਦ ਹਾਈ ਕੋਰਟ ਨੇ ਆਪਣੀ ਉਹਨਾਂ ਦਾ ਇਲੈਕਸ਼ਨ ਜਿਹੜਾ ਰੱਦ ਕਰਤਾ ਅਤੇ ਉਹਦੀ ਸੀਟ ਡਿਕਲੇਅਰ ਕਰਤੀ ਸੀ ਕਿ ਇਹ ਖਾਲੀ ਹੈ। ਜੀ ਜੀ, ਤਾਂ ਉਸ ਤੋਂ ਘਬਰਾ ਕੇ ਕਿਸੇ ਵੀ ਹਾਲਤ 'ਚ ਉਹ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਸੀ, ਤਾਂ ਉਹਨਾਂ ਨੇ ਸਾਰੇ ਮੁਲਕ ਦੇ ਉੱਤੇ ਹੀ ਐਮਰਜੈਂਸੀ ਲਗਾ ਤੀ। ਜੀ, ਔਰ ਇਹਦੇ ਵਿੱਚ ਉਸ ਵੇਲੇ ਦਾ ਜਿਹੜਾ ਵੈਸਟ ਬੰਗਾਲ ਦਾ ਚੀਫ ਮਿਨਿਸਟਰ ਸੀ ਸਰਦਾਰ ਸ਼ੰਕਰ ਰੇ, ਤਾਂ ਪਲੱਸ ਇੰਦਰਾ ਗਾਂਧੀ ਦਾ ਲੜਕਾ ਛੋਟਾ ਸੰਜੇ ਗਾਂਧੀ, ਉਹਨਾਂ ਨੇ ਬੜੀ ਇਸ 'ਚ ਇੰਪੋਰਟੈਂਟ ਭੂਮਿਕਾ ਨਿਭਾਈ। ਜੀ ਜੀ, ਉਹਦੇ ਨਾਲ ਹੋਇਆ ਹੈ ਕਿ ਜਿੱਥੇ ਇੱਕ ਪਾਸੇ ਜਿੰਨੀ ਪੋਲੀਟੀਕਲ ਜਿਹੜੀ ਹੈ ਉਹਨਾਂ ਦੀ ਆਵਾਜ਼ ਬੰਦ ਕਰਤੀ ਜਾਈ, ਦੂਜਾ ਜਿਹੜਾ ਸਭ ਤੋਂ ਵੱਡਾ ਉਹਨਾਂ ਨੂੰ ਖਤਰਾ ਆਉਂਦਾ ਸੀ ਉਹ ਮੀਡੀਆ ਤੋਂ ਆਉਂਦਾ ਸੀ, ਤਾਂ ਮੀਡੀਆ ਉੱਤੇ ਐਸੀ ਜ਼ਬਰਦਸਤ ਸੈਂਸਰਸ਼ਿਪ ਲਗਾਈ ਗਈ ਕਿ ਜਿਹਦਾ ਅੱਜ ਤੱਕ ਨਾ ਪਹਿਲੇ ਕੋਈ ਐਗਜ਼ਾਮਪਲ ਹੈ ਅਤੇ ਨਾ ਹੁਣ ਤੱਕ ਅਜੇ ਆਇਆ। ਜੀ ਜੀ, ਮੈਂ ਉਸ ਵੇਲੇ ਤੁਹਾਨੂੰ, ਮੈਂ ਆਪਣੀ ਮੀਡੀਆ ਦੇ ਤੌਰ 'ਤੇ, ਸਾਡੀ ਇਹ ਪੀੜ੍ਹੀ ਇਹੋ ਜਿਹੀ ਹੈ ਓਕੇ ਜਿਹਨਾਂ ਨੇ 40 ਸਾਲ ਪਹਿਲੇ ਐਮਰਜੈਂਸੀ ਨੂੰ ਫਸਟ ਹੈਂਡ ਐਕਸਪੀਰੀਅੰਸ ਕੀਤਾ, ਅਸੀਂ ਕਹਿ ਸਕਦੇ ਹਾਂ ਤੁਸੀਂ ਭੁਗਤ ਭੋਗੀ ਹੋ,
ਔਰ ਉਸ ਵੇਲੇ ਮੈਂ ਪੀ ਟੀ ਆਈ ਦੇ ਵਿੱਚ ਹੁੰਦਾ ਸੀ ਐਜ਼ ਏ ਬਤੌਰ ਕੋਰਸਪੋਂਡੈਂਟ ਤਾਂ ਉਹਨਾਂ ਨੇ ਕੀ ਕੀਤਾ ਸੀ ਕਿ ਪੀ ਟੀ ਆਈ ਅਤੇ ਯੂ ਐੱਨ ਆਈ ਦੋਨੋਂ ਖਤਮ ਕਰਕੇ ਮਿਲਾ ਕੇ ਇੱਕ ਨਵੀਂ ਏਜੰਸੀ ਬਣਾਤੀ ਸਮਾਚਾਰ ਨਿਊਜ਼ ਏਜੰਸੀ ਔਰ ਸਮਾਚਾਰ ਨਿਊਜ਼ ਏਜੰਸੀ ਨੂੰ ਰੋਜ਼ ਸਵੇਰੇ 9:30 ਦਿੱਲੀਓਂ ਪੂਰਾ ਬੁਲੇਟਿਨ ਆਉਂਦਾ ਸੀ ਕਿ ਅੱਜ ਦੀਆਂ ਫਲਾਨੀਆਂ ਖਬਰਾਂ ਦੇਣੀਆਂ ਫਲਾਨੀਆਂ ਖਬਰਾਂ ਨਹੀਂ ਦੇਣੀਆਂ ਇਹ ਖਬਰ ਦੇ ਵਿੱਚ ਫਲਾਨੀ ਇੰਨੀ ਵਾਰ ਇਹਦਾ ਨਾਂ ਜਾਣਾ ਅਤੇ ਇੰਨੀ ਵਾਰ ਕਹਿਣ ਦਾ ਮਤਲਬ ਹੈ ਕਿ ਇੰਨੀ ਬਰੀਕੀ ਦੇ ਵਿੱਚ ਪ੍ਰੋਪੇਗੰਡਾ ਜਾਂ ਨਿਊਜ਼ ਦੇ ਉੱਤੇ ਐਸਾ ਜ਼ਬਰਦਸਤ ਕੰਟਰੋਲ ਕੀਤਾ ਗਿਆ ਜਿਹੜਾ ਅੱਜ ਤੱਕ ਹਿੰਦੁਸਤਾਨ ਦੀ ਹਿਸਟਰੀ ਵਿੱਚ ਨਹੀਂ ਆਇਆ ਔਰ ਮੈਂ ਸਮਝਦਾ ਕਿ ਜਿਹੜੀ ਐਮਰਜੈਂਸੀ ਲੱਗੀ ਹੈ ਇਹ ਪੰਜਾਬ ਕੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬੜਾ ਕਾਲਾ ਧੱਬਾ ਔਰ ਬੜਾ ਕਾਲਾ ਚੈਪਟਰ ਹੈ ਔਰ ਉਸ ਤੋਂ ਬਾਅਦ ਮੇਰਾ ਸਮਝਦਾ ਹੈ ਕਿ ਸਾਰੀਆਂ ਪਾਰਟੀਆਂ ਨੇ ਖਾਸ ਤੌਰ 'ਤੇ ਕਾਂਗਰਸ ਪਾਰਟੀ ਨੇ ਜਿਹਨੂੰ ਇੰਦਰਾ ਗਾਂਧੀ ਬਿਲੋਂਗ ਕਰਦੀ ਸੀ ਸਬਕ ਸਿੱਖਦੇ ਹੋਏ ਮੁੜ ਕੇ ਅਤੇ ਹਿੰਦੁਸਤਾਨ ਦੇ ਉੱਤੇ ਇਸ ਤਰ੍ਹਾਂ ਦੀ ਐਮਰਜੈਂਸੀ ਨਹੀਂ ਲਾਗੂ ਹੋ ਸਕਦੀ ਕਿਉਂਕਿ ਲੋਕ ਹੀ ਹੁਣ ਉੱਠ ਖੜਨਗੇ ਜੇ ਇਹੋ ਜਿਹਾ ਉਹਨਾਂ ਦੀ ਜਿਹੜੇ ਲੋਕ ਪਾਵਰ ਦੇ ਵਿੱਚ ਹੁੰਦੇ ਉਹਨਾਂ ਦਾ ਹਮੇਸ਼ਾ ਇਹ ਨਜ਼ਰੀਆ ਹੁੰਦਾ ਕਿ ਵੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੀਡੀਆ ਨੂੰ ਹੱਥ ਪਾਇਆ ਜਾਵੇ ਜਾਂ ਇਹਨਾਂ ਦੀ ਆਵਾਜ਼ ਬੰਦ ਕੀਤੀ ਜਾਵੇ ਇਹ ਇੱਕ ਧਿਰ ਦੀ ਗੱਲ ਨਹੀਂ ਹੈ ਸਮੇਂ ਸਮੇਂ ਜਿਹੜੀਆਂ ਸਰਕਾਰਾਂ ਬਦਲਦੀਆਂ ਰਹੀਆਂ ਉਹ ਬਹੁਤ ਵਾਰੀ ਜਿਹੜਾ ਹੈਗਾ ਮੀਡੀਆ ਨੇ ਇਹੋ ਜਿਹੀ ਭੂਮਿਕਾ ਨਿਭਾਉਂਦੀਆਂ ਕਿਉਂ ਆਖਰ ਪਾਵਰ ਦੇ ਵਿੱਚ ਆ ਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜਾਂ ਉਹਨਾਂ ਦਾ ਰੋਲ ਹੈ ਬਦਲ ਜਾਂਦਾ ਹੈ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਇਹ ਗੱਲ ਨਹੀਂ ਹੁੰਦੀ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਹੜੀ ਪ੍ਰਾਸ਼ਰ ਜੀ ਨੇ ਗੱਲ ਕਹੀ ਹੈ ਨਾ ਜੀ ਕਿ ਜਿਹੜੀ ਐਮਰਜੈਂਸੀ ਲੱਗੀ ਹੈ ਅਤੇ ਇਸ ਤੋਂ ਕਾਂਗਰਸ ਪਾਰਟੀ ਨੇ ਸਭ ਕੁਛ ਸਿੱਖਿਆ ਜੀ ਅਤੇ ਅੱਗੋਂ ਐਮਰਜੈਂਸੀ ਨਹੀਂ ਲੱਗੇਗੀ ਇੱਥੇ ਮੇਰੀ ਆਪਣੀ ਜਾਣਕਾਰੀ ਦੇ ਮੁਤਾਬਕ ਸ਼ਾਇਦ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਐਮਰਜੈਂਸੀ ਲਾਉਣ ਦੀ ਕਲਾਸ ਹੈ ਨਾ ਉਹ ਓਮਿਟ ਕਰ ਦਿੱਤੀ ਗਈ ਡਿਲੀਟ ਕਰ ਦਿੱਤੀ ਗਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਨਾ ਵੀ ਆਰ ਵੈਰੀ ਮੱਚ ਸੇਫ ਅਤੇ ਐਮਰਜੈਂਸੀ ਕਿਸੇ ਵੀ ਪਾਰਟੀ ਵਾਸਤੇ ਲਾਉਣਾ ਨਵੀਂ ਕੋਈ ਕੁਛ ਕਰ ਕਰਾ ਕੇ ਕਰ ਲੈਣ ਤਾਂ ਗੱਲ ਵੱਖਰੀ ਹੈ ਅੰਡਰ ਦੀ ਐਗਜ਼ਿਸਟਿੰਗ ਲਾ ਕਾਂਸਟੀਟਿਊਸ਼ਨ ਇਹ ਲਾਉਣਾ ਸੰਭਵ ਨਹੀਂ ਹੋਵੇਗਾ ਬਾਕੀ ਗੱਲ ਰਹਿ ਗਈ ਮੀਡੀਆ ਦਾ ਗਲਾ ਘੁੱਟਣ ਦੀ ਮੀਡੀਆ ਡੈਮੋਕ੍ਰੇਸੀ ਦਾ ਇੱਕ ਸਭ ਤੋਂ ਵੱਡਾ ਮਜ਼ਬੂਤ ਹਥਿਆਰ ਹੈ ਜੀ ਮੀਡੀਆ ਇੱਕ ਐਸੀ ਚੀਜ਼ ਹੈ ਕਿ ਟੀ ਵੀ ਚੱਲ ਰਿਹਾ ਰੇਡੀਓ ਚੱਲ ਰਿਹਾ ਲੋਕ ਅਖਬਾਰਾਂ ਪੜ੍ਹ ਰਹੇ ਨੇ ਲੋਕ ਬੱਸਾਂ 'ਚ ਜਾ ਰਹੇ ਨੇ ਅਖਬਾਰਾਂ ਪੜ੍ਹ ਰਹੇ ਨੇ ਜੀ ਜੀ ਹਰ ਬੰਦਾ ਜਿਹੜਾ ਨਾ ਉਹਨੂੰ ਜਾਣਕਾਰੀ ਮਿਲਦੀ ਹੈ ਕਿ ਮੁਲਕ ਦੇ ਕਿਸ ਕੋਨੇ ਵਿੱਚ ਕੀ ਵਾਪਰਿਆ ਦੇਸ਼ ਵਿਦੇਸ਼ ਵਿੱਚ ਕੀ ਵਾਪਰਿਆ ਅਤੇ ਉਹ ਜਿਸ ਵਕਤ ਕਿਸੇ ਸ਼ਾਸਕ ਨੂੰ ਆਪਣੇ ਕਾਲੇ ਕਾਰਨਾਮੇ ਪੜ੍ਹਨ ਨੂੰ ਮਿਲਦੇ ਨੇ ਤਾਂ ਉਹ ਇਹ ਸੋਚਦਾ ਹੈ ਕਿ ਉਹ ਜ਼ਬਾਨ ਕੱਟ ਦਿਓ ਜੀ ਉਹ ਹੱਥ ਵੱਢ ਦਿਓ ਜਿਹੜਾ ਇਹ ਮੇਰੇ ਕਾਲੇ ਕਾਰਨਾਮਿਆਂ ਨੂੰ ਜ਼ਾਹਿਰ ਕਰਦਾ ਹੈ ਤਾਂ ਇਸ ਗੱਲ ਦੀ ਵਜ੍ਹਾ ਕਰਕੇ ਸਭ ਤੋਂ ਵੱਡਾ ਸਭ ਤੋਂ ਵੱਡਾ ਸ਼ਿਕਾਰ ਹਮੇਸ਼ਾ ਹੀ ਉਹ ਆਪਣੇ ਨਿਊਜ਼ ਪੇਪਰਸ ਹੁੰਦੇ ਨੇ ਜੀ ਉਸ ਵਕਤ ਸ਼ਾਇਦ ਇੰਦਰ ਕੁਮਾਰ ਗੁਜਰਾਲ ਜੀ ਸਨ ਓਕੇ ਉਸ ਵਕਤ ਸ਼ਾਇਦ ਉਹ ਸਨ ਤਾਂ ਉਹਨਾਂ ਨੂੰ ਬਾਅਦ ਚਲਾਇਆ ਗਿਆ ਕਿਉਂਕਿ ਇੰਦਰ ਕੁਮਾਰ ਗੁਜਰਾਲ ਨੂੰ ਜਿਸ ਵਕਤ ਸੰਜੇ ਗਾਂਧੀ ਨੇ ਇਹ ਗੱਲ ਕਹੀ ਕਿ ਵੀ ਆਹ ਇਸ ਤਰ੍ਹਾਂ ਦੀ ਖਬਰਾਂ ਖੁਬਰਾਂ ਨੂੰ ਬੰਦ ਕਰੋ ਤਾਂ ਉਹ ਕਹਿਣ ਲੱਗੇ ਵੀ ਮੈਂ ਤੇਰੀ ਮਾਂ ਦਾ ਹੁਕਮ ਮੰਨਣ ਵਾਸਤੇ ਤਾਂ ਤਿਆਰ ਹਾਂ ਤੇਰਾ ਹੁਕਮ ਨਹੀਂ ਮੰਨਦਾ ਯੂ ਆਰ ਨੋਬਾਡੀ ਤਾਂ ਇਸੇ ਗੱਲ ਦੀ ਵਜ੍ਹਾ ਕਰਕੇ ਨਾ ਹੀ ਵਾਜ਼ ਰੀਪਲੇਸਡ ਇਨ ਮਾਈ ਐਜ਼ ਪਰ ਮਾਈ ਨੌਲੇਜ ਪਾਕਿਸਤਾਨ ਵਿੱਚ ਵੀ ਜਦੋਂ ਵੀ ਜਨਰਲਾਂ ਨੇ ਹਕੂਮਤਾਂ ਸੰਭਾਲੀਆਂ ਤਖਤੇ ਪਲਟ ਕੀਤੇ ਤਾਂ ਸਭ ਤੋਂ ਪਹਿਲਾਂ ਜਿਹੜੇ ਨਾ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਉਹ ਲੋਕਤੰਤਰ ਦੇ ਬਹੁਤ ਵੱਡੇ ਹਮਾਇਤੀ ਸੀ ਲੋਕਤੰਤਰ ਲਈ ਉਹਨਾਂ ਨੇ ਲੜਾਈਆਂ ਲੜੀਆਂ ਸਾਰਾ ਕੁਛ ਕੀਤਾ ਪਰ ਉਹਨਾਂ ਦੀ ਜਿਹੜੀ ਧੀ ਹੈ ਇੰਦਰਾ ਗਾਂਧੀ ਉਹਦਾ ਡਿਕਟੇਟਰਾਨਾ ਐਟੀਚਿਊਡ ਕੀ ਇਹ ਸਾਡੀ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਦੀਆਂ ਜੜ੍ਹਾਂ ਦੇ ਵਿੱਚ ਪਿਆ ਕਿਤੇ ਵੀ ਜਦੋਂ ਪਾਵਰ ਮਿਲਦੀ ਹੈ ਤਾਂ ਅਸੀਂ ਐਬਸੋਲਿਊਟ ਪਾਵਰ ਲੈ ਲਈਏ ਔਰ ਡਿਕਟੇਟਰਸ਼ਿਪ ਵੱਲ ਨੂੰ ਵਧਿਆ ਜਾਏ ਜੋ ਕੁਛ ਵੀ ਡੈਮੋਕ੍ਰੈਟਿਕ ਸੈਟਅਪ ਕੀਤਾ ਜੀ ਨਹਿਰੂ ਨੇ ਉਹ ਸਾਰਾ ਇੰਦਰਾ ਗਾਂਧੀ ਨੇ ਡਿਸਟਰੋਏ ਕਰਤਾ ਓਕੇ ਇਹਦੇ ਸਾਰਾ ਇੰਡੀਵਿਜੁਅਲਾਈਜ਼ ਕਰਕੇ ਉਸ ਨੂੰ ਜਿਹੜੀਆਂ ਡੈਮੋਕ੍ਰੈਟਿਕ ਨੋਰਮ ਸੀਗੀਆਂ ਇੰਸਟੀਟਿਊਸ਼ਨ ਜਿੰਨੀਆਂ ਉਹਨੇ ਬਣਾਈਆਂ ਉਹ ਚਾਹੇ ਕਿਵੇਂ ਸੀ ਆਈਡੀਅਲਿਸਟ ਸੀ ਉਹ ਲੇਕਿਨ ਡੈਮੋਕ੍ਰੈਟਿਕ ਉਹ ਅੰਦਰੋਂ ਸੀ ਜੀ ਜੀ ਇਸ ਚੀਜ਼ ਨੂੰ ਅਸੀਂ ਨਕਾਰਾ ਨਹੀਂ ਕਰ ਸਕਦੇ ਦੂਜਾ ਜਿਸ ਤੱਕ ਹੁਣ ਐਮਰਜੈਂਸੀ ਦੀ ਗੱਲ ਹੈ ਇੱਕ ਮੈਂ ਤੁਹਾਨੂੰ ਆਪਣਾ ਪੁਆਇੰਟ ਦੱਸ ਦਿੰਦਾ ਜਿਹੜੀ ਮੈਂ ਮੇਰੇ ਨਾਲ ਬੀਤੀ ਓਕੇ ਜਦੋਂ ਹਰਿਮੰਦਰ ਸਾਹਿਬ ਦੇ ਅੰਦਰੋਂ ਕੁਛ ਬੰਦੇ ਫੜੇ ਗਏ
ਜਿਨ੍ਹਾਂ ਨੇ ਕਿਹਾ ਕਿ ਉੱਥੇ ਡਿਫਾਈਲ ਕੀਤਾ ਕੀਤਾ। ਮੈਂ ਇੱਕ ਲਿਖਿਆ ਲੈਟਰ ਟੂ ਦੀ ਪ੍ਰੈਸ ਵਾਸਤੇ ਕਿ ਮੇਰੀ ਇਨਫੋਰਮੇਸ਼ਨ ਹੈ ਵੀ ਇਹ ਸਿੱਖ ਨਹੀਂ ਸੀਗੇ ਜੀ ਜੀ ਹਾਂਜੀ, ਔਰ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ। ਇਹਨਾਂ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੇ ਵੀਰਾ ਲਫਸ ਨੇ ਦੈਟ ਮੀਨਸ ਦੇ ਕਮਿਟਿਡ ਨੋ ਕ੍ਰਾਈਮ ਅਗੇਂਸਟ ਦੀ ਸਟੇਟ, ਜੋ ਵੀ ਅਗਰ ਉੱਥੇ ਉਹਨਾਂ ਨੇ ਕੀਤਾ ਉਹ ਹੈ ਡਿਫਾਈਲਿੰਗ ਦੀ ਸੈਂਕਟਿਟੀ ਆਫ ਦੀ ਗ੍ਰੰਥ ਸਾਹਿਬ ਜੀ, ਇਹ ਹੈ ਤਾਂ ਉਹਨਾਂ ਨੂੰ ਦੇ ਸ਼ੁੱਡ ਬੀ ਪ੍ਰਜੈਂਟਿਡ ਬਿਫੋਰ ਅਕਾਲ ਤਖ਼ਤ ਐਂਡ ਪਨਿਸ਼ਡ ਅਕੋਰਡਿੰਗਲੀ। ਓਕੇ, ਇਹ ਸੀ ਮੇਰਾ ਲੈਟਰ, ਉਹ ਮੈਂ ਸਾਰਿਆਂ ਨੂੰ ਦਿੱਤਾ, ਉਹ ਇੱਥੇ ਬਲੌਕ ਹੋ ਗਿਆ। ਅਸੀਂ ਐਮਰਜੈਂਸੀ ਦੇ ਕਾਲੇ ਦਿਨਾਂ ਦਾ ਕਿਹੋ ਜਿਹੇ ਤਜਰਬੇ ਰਹੇ ਔਰ ਕੀ ਸਬਕ ਮਿਲਿਆ, ਕਿਹੜੀਆਂ ਘਟਨਾਵਾਂ, ਕਿੰਨਾ ਦੀ ਜ਼ਿੰਮੇਵਾਰ, ਕੌਣ ਕਸੂਰਵਾਰ, ਇਹਨਾਂ ਸਾਰੇ ਮੁੱਦਿਆਂ 'ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਮੁੜ ਚਰਚਾ ਕਰਾਂਗੇ ਬ੍ਰੇਕ ਦੇ ਬਾਅਦ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਅਸੀਂ ਐਮਰਜੈਂਸੀ ਦੇ ਵੱਖ ਵੱਖ ਮੁੱਦਿਆਂ 'ਤੇ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਸੀ। ਬਾਗੜੀਆ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਕਿ ਲੈਟਰ ਲਿਖਿਆ ਮੀਡੀਆ ਨੂੰ, ਜਿਹੜਾ ਬਹੁਤ ਸਾਰੇ ਮੀਡੀਆ ਨੇ ਬਲੈਕਆਊਟ ਕਰਤਾ ਅਤੇ ਇੱਕ ਪੇਪਰਾਂ 'ਚ ਜਿਸਨੇ ਉਸਨੂੰ ਬੜਾ ਪ੍ਰੋਮੀਨੈਂਟਲੀ ਛਾਇਆ ਕੀਤਾ। ਉਹ ਸੰਡੇ ਅਬਜ਼ਰਵਰ ਜਿਹਦੇ ਰਿਪ੍ਰੈਜੈਂਟੇਟਿਵ ਉਹਨਾਂ ਦਿਨਾਂ 'ਚ ਆਪਣੇ ਫੇਮਸ ਕਵਰ ਸੰਧੂ ਸੀਗੇ, ਇਹਨਾਂ ਨੂੰ ਮੈਂ ਦਿੱਤਾ ਅਤੇ ਉਹ ਬੰਬੇ ਤੋਂ ਪਬਲਿਸ਼ ਹੋਇਆ ਜੀ। ਮੇਰੇ ਕੋਲ ਅਖਬਾਰ ਬਾਅਦ 'ਚ ਪਹੁੰਚਿਆ ਅਤੇ ਰੇ ਸਾਹਿਬ ਦਾ ਜਵਾਬ ਲੈ ਕੇ ਡਿਸਪਾਚ ਡਾਇਰੈਕਟਰ ਪਹਿਲਾਂ ਆ ਗਿਆ। ਓਕੇ, ਇਹੋ ਜਿਹੀ ਸਿਚੁਏਸ਼ਨ ਬਣੀ ਵੀ ਸੀ। ਹਾਂ ਜੀ, ਕਿਉਂਕਿ ਮੈਂ ਉਹਦੇ 'ਚ ਕਿਹਾ ਸੀਗਾ ਵੀ ਮੇਰੀ ਇਨਫੋਰਮੇਸ਼ਨ ਹੈ ਵੀ ਇਹ ਨਿਰੰਕਾਰੀ ਸੀਗੇ। ਓਕੇ, ਔਰ ਭੇਜੇ ਹੋਏ ਸੀਗੇ ਇਹਨਾਂ ਦਾ ਜਿਹੜਾ ਉਹਨਾਂ ਦੇ ਨਾਲ ਤੁਹਾਡਾ IAS ਅਫਸਰ ਸੀ ਜੀ ਜੀ, ਉਹਦੀ ਮਿਹਰਬਾਨੀ ਸੀ ਜਿਹਦੇ ਕਰਕੇ ਸਾਰੀ ਪ੍ਰੋਬਲਮ ਜਿਹੜੀ ਹੈ, ਔਰ ਉਹਦੇ ਨਾਲ ਸਾਰੀ ਕੌਮ ਬਦਨਾਮ ਹੋਈ। ਓਕੇ ਓਕੇ ਜੀ ਜੀ ਜੀ, ਪ੍ਰਾਸ਼ਰ ਜੀ, ਇਸ ਮੁੱਦੇ 'ਤੇ ਤਾਂ ਤੁਸੀਂ ਵੀ ਮੀਡੀਆ ਦੇ ਨਾਲ ਇੰਨਾ, ਇਹ ਵੀ ਕਿਹਾ ਗਿਆ ਕਿ ਉਸ ਵੇਲੇ ਬਹੁਤ ਹੀ ਕਈ ਵਾਰੀ ਦਾ ਬੜੀ ਮਾੜੀ ਬਸ ਸਿਚੁਏਸ਼ਨ ਮੀਡੀਆ ਦੇ ਅੰਦਰ ਵੀ ਦੇਖਣ ਨੂੰ ਮਿਲੀ ਹੈ। ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ PTI UNA ਨੂੰ ਇਕੱਠੀ ਕਰਕੇ ਜੀ ਇੱਕੋ ਹੀ ਬਾਡੀ ਬਣਾ ਦਿੱਤੀ ਜੀ ਸਮਾਚਾਰ, ਤਾਂ ਉਹਦੇ ਵਿੱਚ ਜਿਹੜੇ ਇੰਪਲਾਈ ਸੀ ਉਹ ਦੋਨੋਂ ਏਜੰਸੀਆਂ ਦੇ ਵਿੱਚ ਇਕੱਠੇ ਬਹਿੰਦੇ ਹੁੰਦੇ ਸੀ ਜੀ ਜੀ, ਲੇਕਿਨ ਉਹ ਖਬਰਾਂ ਦੇਣ ਦੀ ਬਜਾਏ ਇੱਕ ਦੂਜੇ ਦੇ ਜਸੂਸੀ ਜ਼ਿਆਦਾ ਕਰਨ ਲੱਗ ਪਏ, ਖਬਰਾਂ ਕੀ ਦੇ ਰਹੇ ਹੈ, ਕਿਹਦੇ ਨਾਲ ਗੱਲ ਕਰ ਰਹੇ ਹੈ, ਕਿੱਥੋਂ ਆ ਰਹੇ ਹੈ, ਔਰ ਇਹੋ ਜਿਹਾ ਡਰ ਦਾ ਐਟਮੋਸਫੀਅਰ ਦਫ਼ਤਰ ਦੇ ਵਿੱਚ ਹੁੰਦਾ ਸੀ ਜੀ ਕਿ ਲੋਕ ਠੀਕ ਤਰ੍ਹਾਂ ਕੰਮ ਹੀ ਨਹੀਂ ਸੀ ਕਰ ਸਕਦੇ। ਉਹ ਮੈਂ ਸਮਝਦਾ ਕਿ ਇਹੋ ਜਿਹਾ ਜਿਹੜਾ ਸਸਪੈਸ਼ਨ ਦਾ ਮਾਹੌਲ ਹੈ, ਜਸੂਸੀ ਕਰਨ ਦਾ ਮਾਹੌਲ ਹੈ, ਉਹ ਸਾਰੇ ਹਿੰਦੁਸਤਾਨ ਦੇ ਵਿੱਚ ਸੀ, ਔਰ ਕੋਈ ਪੋਲੀਟੀਕਲ ਪਾਰਟੀ ਕੋਈ ਆਜ਼ਾਦਾਂ ਨਾਲ ਆਪਣੇ ਨਾ ਕੋਈ ਵਿਚਾਰ ਪ੍ਰਗਟ ਕਰ ਸਕਦੀ ਸੀ, ਛਾਪਣ ਦਾ ਖੈਰ ਸਵਾਲ ਨਹੀਂ ਸੀ ਪੈਦਾ ਹੁੰਦਾ ਜੀ। ਤਾਂ ਕਹਿਣ ਦਾ ਮਤਲਬ ਹੈ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਇੱਕ ਕਾਰਨ ਸੀ, ਬੇਵਿਸ਼ਵਾਸੀ ਦੀ ਭਾਵਨਾ ਹਿੰਦੁਸਤਾਨ ਦੇ ਅੰਦਰ ਪੈਦਾ ਹੋਈ ਜਿਹੜੀ। ਬਿਲਕੁਲ ਜੀ ਨਲਵੀ ਜੀ, ਜੇ ਆਪਾਂ ਗੱਲ ਕਰੀਏ ਉਸ ਮੌਕੇ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ, ਜਿਸਨੇ ਕਿ ਐਮਰਜੈਂਸੀ ਲੱਗਣ ਤੋਂ ਥੋੜ੍ਹੇ ਦਿਨ ਬਾਅਦ ਹੀ, ਯਾਨੀ ਕਿ 9 ਜੁਲਾਈ ਨੂੰ ਮੋਰਚਾ ਆਰੰਭ ਕਰ ਦਿੱਤਾ ਐਮਰਜੈਂਸੀ ਦੇ ਖਿਲਾਫ, ਸਾਡੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੀ ਲੀਡਰਸ਼ਿਪ ਨੇ ਔਫਰ ਕੀਤੀ ਗਈ ਕਿ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈ, ਅਸੀਂ ਤੁਹਾਡੀਆਂ ਗੱਲਾਂ ਵੀ ਮੰਨਾਂਗੇ ਅਤੇ ਤੁਸੀਂ ਜਿਹੜਾ ਐਮਰਜੈਂਸੀ ਬਾਰੇ ਮੋਰਚਾ ਨਾ ਲਾਓ। ਪਰ ਉਸ ਵੇਲੇ ਦੀ ਜਿਹੜੀ ਐਗਜੈਕਟਿਵ ਸੀ, ਉਹਨਾਂ ਦੀ ਲੀਡਰਸ਼ਿਪ ਸੀ, ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਮੋਰਚਾ ਲਾਉਣਾ, ਕੀ ਜ਼ਰੂਰਤ ਪਈ ਨਲਵੀ ਸਾਹਿਬ ਕਿ ਵੀ ਅਕਾਲੀ ਦਲ ਨੂੰ ਇਹ ਮੋਰਚਾ ਲਾਉਣਾ ਪਿਆ? ਇਸ ਬਾਰੇ ਮੈਂ ਸਮਝਣਾ ਕਿ ਅਕਾਲੀ ਦਲ ਜਿਹੜਾ ਮੌਜੂਦਾ ਅਕਾਲੀ ਦਲ ਹੈ ਜੀ ਜੀ, ਉਹ ਸ਼ੁਰੂ ਤੋਂ ਕਾਂਗਰਸ ਪਾਰਟੀ ਦੇ ਅਗੇਂਸਟ ਰਿਹਾ, ਔਰ ਇਹਨਾਂ ਦੀ ਜਿਹੜੀ ਸਿਆਸਤ ਹੈ ਉਹ ਕੇਵਲ ਅਤੇ ਕੇਵਲ ਕਾਂਗਰਸ ਪਾਰਟੀ ਦੀ ਵਿਰੋਧਤਾ ਕਰਕੇ ਚੱਲਦੀ ਹੈ। ਤੁਹਾਨੂੰ ਲੱਗਦਾ ਕਿ ਪੋਲੀਟੀਕਲ ਪਰਪਸ ਹੀ ਇਸ ਦੇ ਵਿੱਚ ਨਜ਼ਰ ਆਉਂਦਾ? ਉਹ ਉਹਨਾਂ ਦੀ ਆਪਣੀ ਸਰਵਾਈਵਲ ਸੀਗੀ ਜੀ ਕਿ ਬਈ ਇਹਦੀ ਮੁਖਾਲਫਤ ਕਰਾਂਗੇ ਤਾਂ ਅਸੀਂ ਸਾਰੇ ਹੀਰੋ ਬਣਾਂਗੇ ਜੀ, ਅਤੇ ਜਿੰਨੀਆਂ ਦੇਸ਼ ਦੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਦੇ ਵਿੱਚ ਵੀ ਸਾਡਾ ਇੱਕ ਬਹੁਤ ਵੱਡਾ ਸਥਾਨ ਜਾਵੇਗਾ, ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਬਹੁਤ ਨੈਸ਼ਨਲ ਕੱਦ ਵੱਡਾ ਹੋਵੇਗਾ, ਤਾਂ ਇਸ ਗੱਲ ਦੀ ਵਜ੍ਹਾ ਕਰਕੇ ਨਾ ਉਹਨਾਂ ਨੇ ਇਸ ਨੂੰ ਉਹ ਕੀਤਾ, ਮੋਰਚੇ 'ਚ ਹਿੱਸਾ ਲਿਆ ਜੀ। ਮੈਨੂੰ ਇਹ ਯਾਦ ਹੈ, ਮੈਂ ਉਸ ਵਕਤ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਨੌਕਰੀ ਕਰਦਾ ਸਾਂ, ਤਾਂ ਸਾਰੀਆਂ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਜੀ, ਉਸ ਤੋਂ ਬਾਅਦ ਬਹਾਦਰਗੜ੍ਹ ਕਿਲ੍ਹੇ ਵਿੱਚ ਪੁਲਿਸ ਕੋਲੋਂ ਖਾਲੀ ਕਰਵਾ ਕੇ ਅਤੇ ਸਾਰੇ ਜਿਹੜੇ ਕੈਦੀ ਸਨ, ਬੰਦੇ ਸਨ ਜਿਹੜੇ ਰੋਜ਼ ਗ੍ਰਿਫਤਾਰ ਹੁੰਦੇ ਸਨ, ਉਹਨਾਂ ਨੂੰ ਉੱਥੇ ਭੇਜਿਆ ਗਿਆ ਜੀ। ਜਦੋਂ ਉਹ ਵੀ ਭਰ ਗਿਆ ਤਾਂ ਪੰਜਾਬੀ ਯੂਨੀਵਰਸਿਟੀ ਨਾਲ ਸੀਗੀ, ਅਤੇ ਜਿਹੜੇ ਬੰਦੇ ਉਸ ਵਕਤ ਗ੍ਰਿਫਤਾਰੀਆਂ ਦੇਣ ਵਾਸਤੇ ਆਏ ਹੋਏ ਸਨ, ਉਹਨਾਂ ਦਾ ਸਾਰਿਆਂ ਦਾ ਫੈਸਲਾ ਇਹ ਸੀਗਾ ਕਿ ਜਿੰਨਾ ਚਿਰ ਇਸ ਗੱਲ ਦਾ ਪੋਲੀਟੀਕਲ ਸਮਾਧਾਨ ਨਹੀਂ ਹੁੰਦਾ,
ਭਾਵੇਂ ਅਸੀਂ ਗ੍ਰਿਫਤ ਵਿੱਚ ਨਹੀਂ ਹੈਗੇ ਅਸੀਂ ਘਰ ਵਾਪਸ ਨਹੀਂ ਜਾਣਾ। ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਰੇ ਨੀਲੀਆਂ ਪੱਗਾਂ ਵਾਲੇ ਸਿੰਘ ਅਤੇ ਉਹ ਸਵੇਰੇ ਇਸ਼ਨਾਨ ਕਰਨ ਤੋਂ ਬਾਅਦੋਂ ਸਾਰੀਆਂ ਥਾਵਾਂ 'ਤੇ ਗਰਾਊਂਡਾਂ ਵਿੱਚ ਉਹਨਾਂ ਦੇ ਕਛਹਿਰੇ ਅਤੇ ਉਹਨਾਂ ਦੇ ਸੁੱਕਣੇ ਪਏ ਉੱਥੇ ਦਿਸਦੇ ਸਨ। ਇਹ ਆਪਣੇ ਆਪ 'ਚ ਇੱਕ ਬੜਾ ਇਹੋ ਜਿਹੀ ਸਥਿਤੀ ਮਤਲਬ ਪੈਦਾ ਹੋਈ ਸੀ ਪੰਜਾਬ ਦੇ ਅੰਦਰ, ਖਾਸ ਤੌਰ 'ਤੇ ਕਿ ਸਾਰੀਆਂ ਜੇਲ੍ਹਾਂ ਭਰ ਗਈਆਂ ਔਰ ਜਿਹੜਾ ਰੱਖਣ ਨੂੰ ਜਗ੍ਹਾ ਨਹੀਂ ਸੀ, ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਵੀ ਉਹਨਾਂ ਨੂੰ ਆਪਣੇ ਕੈਦੀਆਂ ਨੂੰ ਬੰਦ ਕਰਨਾ ਪਿਆ। ਬਾਗਣੇ ਸਰ ਜਦੋਂ ਐਡਾ ਵੱਡਾ ਜੀ ਓਕੇ ਓਕੇ ਉਹ ਇਹ ਹੈ ਕਿ ਇੱਕ ਐਮਰਜੈਂਸੀ ਦਾ ਜਿਹੜਾ ਹਵਾ ਸੀ ਨਾ ਉਹ ਕੁਝ ਦਿਨ ਚੱਲਿਆ ਜੀ, ਉਹ ਹਵਾ ਖਤਮ ਹੋ ਗਿਆ, ਹਵਾ ਨਾ ਰਿਹਾ ਜੀ, ਤਾਂ ਜਿਹੜੇ ਸਨ ਆਮ ਲੋਕ ਸਾਰਿਆਂ ਨੇ ਇਹਨੂੰ ਬਿਲਕੁਲ ਲਾਈਟਲੀ ਲਿਆ, ਸ਼ਗੁਲ ਦੇ ਤੌਰ 'ਤੇ ਲਿਆ ਅਤੇ ਬੜੀ ਜ਼ੁਰਤ ਵਿਖਾਲੀ ਅਤੇ ਜ਼ੁਰਤ ਵਿਖਾਲਣ ਦੀ ਵਜ੍ਹਾ ਕਰਕੇ ਉਹਨਾਂ ਦੀ ਜ਼ੁਰਤ ਤੋਂ ਘਬਰਾਉਂਦਿਆਂ ਹੋਇਆ ਜਿਹੜੀ ਸੀ ਇੰਦਰਾ ਗਾਂਧੀ, ਉਹਨੂੰ ਬਾਅਦ ਵਿੱਚ ਵੇਖਿਆ ਕਿ ਮੇਰੀ ਐਮਰਜੈਂਸੀ ਦਾ ਕੋਈ ਅਸਰ ਨਹੀਂ ਹੈਗਾ ਅਤੇ ਮੈਂ ਦੇਸ਼ ਵਿਦੇਸ਼ ਵਿੱਚ ਬਦਨਾਮ ਹੋ ਰਹੀ ਹਾਂ ਅਤੇ ਉਹਨਾਂ ਨੂੰ ਇਹ ਐਮਰਜੈਂਸੀ ਵਾਪਸ ਲੈਣੀ ਪਈ। ਬਗੜੇ ਸਾਹਿਬ ਜਿੱਦਾਂ ਇਹਨਾਂ ਨੇ ਇਸ਼ੂ ਰੇਜ਼ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਦੀ ਆਪਾਂ ਗੱਲ ਕਰਦੇ ਹਾਂ ਕਿ ਸਿੱਧੇ ਤੌਰ 'ਤੇ ਉਸ ਵੇਲੇ ਕੋਈ ਕਨਫਲਿਕਟ ਨਹੀਂ ਸੀ, ਕੌਮੀ ਪੱਧਰ ਦੀਆਂ ਜਿਹੜੀਆਂ ਪਾਰਟੀਆਂ ਸੀ ਜਿਨ੍ਹਾਂ ਨਾਲ ਇੰਦਰਾ ਗਾਂਧੀ ਦੀ ਉਸ ਦੌਰ ਦੇ ਵਿੱਚ ਲੜਾਈ ਸੀ। ਇਹਨਾਂ ਦਾ ਕਹਿਣਾ ਕਿ ਪੋਲੀਟੀਕਲ ਫੈਸਲਾ ਸੀ ਇਸ ਗੱਲ ਦਾ ਕਿ ਵੀ ਇਸ ਦੇ ਖਿਲਾਫ਼ ਲੜਿਆ ਜਾਏ ਤਾਂ ਕਿ ਆਪਣਾ ਜਿਹੜਾ ਕੱਦ ਆ ਥੋੜ੍ਹਾ ਹੋਰ ਉੱਚਾ ਕੀਤਾ ਜਾਏ। ਦੇਖੋ ਹੁਣ ਮੈਂ ਅੱਜ ਬੈਠ ਕੇ ਜਦ ਦੇਖਦਾ ਜੀ ਉਸ ਵਕਤ ਨੂੰ, ਇਹਦੀ ਜਿਹੜੀ ਮੇਨ ਵਜ੍ਹਾ ਸੀ ਉਹ ਸੀ ਡਿਵਾਈਡਿਡ ਅਕਾਲੀ ਦਲ। ਓਕੇ, ਅਕਾਲੀ ਦਲ ਕੁਛ ਕਾਂਗਰਸ ਪੱਖੀ ਸੀ, ਕੁਛ ਜਨਸੰਘ ਪੱਖੀ ਸੀ। ਇਹ ਜਿਹੜੇ ਦੋਨਾਂ ਦੀ ਆਪਸ ਦੇ ਵਿੱਚ ਸੀ ਪਾਰਟੀ ਤੌਰ 'ਤੇ ਆਪਣੀ ਜਿਹੜੀ ਉਹਨਾਂ ਦੀ ਲੀਨਿੰਗ ਸੀ, ਪਾਰਟੀ ਦੀ ਲੀਨਿੰਗ ਤਾਂ ਆਪਣੇ ਲੀਡਰ ਨਾਲ ਹੈ, ਲੇਕਿਨ ਅੱਗੇ ਲੀਡਰਾਂ ਦੀ ਜਿਹੜੀ ਸੀ ਉਹਨਾਂ ਸੀ ਉਹਦੇ 'ਚ ਇਹ ਗੱਲ ਫਸੀ। ਇੱਕ ਚੀਜ਼ ਤੁਸੀਂ ਨੋਟ ਕਰੋ ਵੀ ਇਹ ਪ੍ਰਾਸ਼ਰ ਜੀ ਜ਼ਿਆਦਾ ਜਾਣਦੇ ਨੇ, ਜਿਹੜੀਆਂ ਪਹਿਲੀਆਂ ਅਰੈਸਟ ਹੋਈਆਂ ਪ੍ਰੀਐਮਪਟਿਵ ਉਹ 'ਚ ਇੱਕ ਵੀ ਅਕਾਲੀ ਨਹੀਂ ਹੈ। ਲਿਸਟ ਪਾਓ ਮੈਂ ਲੈ ਕੇ ਆਇਆ, ਉਹਦੀ ਵਜ੍ਹਾ ਹੀ ਇਹ ਸੀ। ਉਹ ਤੁਹਾਡੇ ਮੈਂ ਦੱਸਦਾ, ਉਹਨਾਂ ਦਿਨਾਂ 'ਚ ਆਪਣੇ ਖੋਮ ਸੈਕਟਰੀ ਹੁੰਦੇ ਸੀ, ਮੈਂ ਉਹਨਾਂ ਨਾਂ ਨਹੀਂ ਲਾਂਗਾ, ਉਹਨਾਂ ਨੇ ਮੈਨੂੰ ਇੱਕ ਦਿਨ ਸਾਫ਼ ਗੱਲ ਕੀਤੀ, ਕਹਿੰਦੇ ਇਹ ਸਭ ਜਾਣਦੇ ਨੇ ਕਿ ਜਿਹੜਾ ਐਜੀਟੇਸ਼ਨ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੁੰਦਾ ਉਹ ਫੇਲ ਨਹੀਂ ਹੁੰਦਾ। ਇੱਕ ਹਿੰਦੂ ਜੈਂਟਲਮੈਨ ਜਿਹੜਾ ਮੇਰਾ ਚੰਗਾ ਦੋਸਤ ਸੀ, ਇਹ ਉਹਨਾਂ ਦੇ ਕਮੈਂਟ ਨੇ ਔਰ ਆਬਜ਼ਰਵੇਸ਼ਨ ਹੈ ਇਹ। ਅਤੇ ਇਹ ਇੱਕ ਮੌਕਾ ਸੀ ਜਿਸ ਵੇਲੇ ਉਹਨਾਂ ਨੇ ਕਿਹਾ ਔਰ ਲਫਜ਼ੇ ਨੇ ਕਿ ਜਿਹੜੀ ਐਮਰਜੈਂਸੀ ਲੱਗੀ ਹੈ ਇਕੱਲੇ ਸਿੱਖਾਂ 'ਤੇ ਨਹੀਂ ਲੱਗੀ, ਸਾਰੇ ਹਿੰਦੁਸਤਾਨ 'ਤੇ ਲੱਗੀ ਹੈ ਅਤੇ ਹੁਣ ਕੁਛ ਮਿਲਦਾ ਹੈ, ਇਹ ਵੀ ਹੈ, ਲੈ ਲਿਆ ਜਾਏ ਲੈ ਲਿਆ ਜਾਏ ਜੀ ਜੀ। ਲੇਕਿਨ ਉਹ ਜਿਹੜੀ ਚੀਜ਼ ਹੈ ਉਹ ਇਸ ਕਰਕੇ ਸਿਰੇ ਨਹੀਂ ਚੜ੍ਹੀ ਕਿਉਂਕਿ ਇੱਕ ਜਿਹੜੇ ਸਾਡੇ ਲੀਡਰ ਸੀ ਉਹ ਇੱਕ ਦੂਜੇ ਤੋਂ ਡਰਦੇ ਸੀ ਜੀ ਜੀ ਜੀ, ਲੜਾਈ ਵੀ ਲੜੀ ਪਰ ਕੌਨਫੀਡੈਂਸ ਵੀ ਨਹੀਂ ਸੀ ਉਹਨਾਂ ਦਾ ਆਪਸ ਕੌਨਫੀਡੈਂਸ ਨਹੀਂ ਜੀ ਜੀ। ਪ੍ਰਾਸ਼ੀ ਜਿਹੜੀ ਤੁਸੀਂ ਬੀਗੇ ਜਰਨਲਿਸਟ ਜਿਹੜਾ ਹੈਗਾ ਉਸ ਦੌਰ ਦੇ ਵਿੱਚ ਅਕਾਲੀ ਦਲ ਇਸ ਲੜਾਈ ਦੇ ਵਿੱਚ ਖੁੱਦਿਆ, ਇਹਨਾਂ ਦਾ ਕਹਿਣਾ ਕਿ ਅਕਾਲੀ ਦਲ ਉਸ ਵੇਲੇ ਵੀ ਡਿਵਾਈਡਡ ਹਾਊਸ ਸੀ, ਤੁਸੀਂ ਇਹ ਸਾਰੇ ਮੁੱਦੇ ਨੂੰ ਕਿਵੇਂ ਦੇਖਦੇ ਹੋ? ਦੇਖੋ ਜਗਤਾਰ ਜੀ, ਮੈਂ ਸਮਝਦਾ ਕਿ ਜਿਹੜੇ ਇਹਨਾਂ ਨੇ ਪੁਆਇੰਟ ਦੱਸਿਆ ਬੜਾ ਇੰਟਰਸਟਿੰਗ ਹੈ। ਓਕੇ, ਇਹ 'ਚ ਸ਼ੱਕ ਨਹੀਂ ਕਿ ਸਿਆਸਤ ਵਿੱਚ ਹਮੇਸ਼ਾ ਹੀ ਕੰਪੀਟੀਟਿਵ ਪੋਲੀਟਿਕਸ ਤਾਂ ਚੱਲਦਾ ਹੀ ਹੈ ਜੀ ਜੀ। ਅਗਰ ਇੱਕ ਗਰੁੱਪ ਥੋੜ੍ਹਾ ਜਿਹਾ ਢਿੱਲਾ ਹੈ ਤਾਂ ਦੂਜੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੇਜ਼ ਹੋ ਕੇ ਉਹਨੂੰ ਓਵਰਟੇਕ ਡੋਮੀਨੇਟ ਕਰਾਂ, ਔਰ ਹੋ ਸਕਦਾ ਹੈ ਕਿ ਅਕਾਲੀਆਂ ਦੀ ਐਜੀਟੇਸ਼ਨ ਦੇ ਪਿੱਛੇ ਜੀ ਇਹ ਵੀ ਇੱਕ ਰੀਜ਼ਨ ਹੋਵੇ। ਲੇਕਿਨ ਇਸ ਗੱਲ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਸਾਰੇ ਦੇਸ਼ ਦੇ ਵਿੱਚ ਅਕਾਲੀ ਹੀ ਇੱਕ ਵਾਹਿਦ ਇਹੋ ਜਿਹੀ ਪਾਰਟੀ ਸੀ ਜਿਹਨੇ ਲਗਾਤਾਰ ਐਮਰਜੈਂਸੀ ਦੇ ਖਿਲਾਫ਼ ਖੁੱਲ੍ਹੇਆਮ ਮੋਰਚਾ ਲਗਾਇਆ। ਸੈਂਕੜਾਂ ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ। ਹੁਣ ਸੀ ਐਮ ਜਿਹੜੇ ਪੰਜਾਬ ਹੈ ਉਹ ਸੀ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਸਮੇਤ ਸਾਰੇ ਲੀਡਰ ਜਿਹੜੇ ਉਸ ਵੇਲੇ ਮੇਰੇ ਖਿਆਲ ਸੰਤ ਫਤਿਹ ਸਿੰਘ ਵੀ ਜਿੰਦੇ ਸੀ, ਹੋਰ ਵੀ ਸੀ, ਸਾਰਿਆਂ ਨੇ ਇਹ ਜੇਲ੍ਹਾਂ ਕੱਟੀਆਂ। ਔਰ ਇਸ ਗੱਲ ਨੂੰ ਆਪਾਂ ਜ਼ਰੂਰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਉਹਨਾਂ ਨੇ ਡੈਮੋਕ੍ਰੇਸੀ ਲੋਕਤੰਤਰ ਦੇ ਹੱਕ ਦੇ ਵਿੱਚ ਬਿਲਕੁਲ ਕੀਤਾ। ਬਿਲਕੁਲ, ਪਾਸੇ ਨਲਵੀ ਜੀ, ਇਹਦਾ ਇੱਕ ਦੂਜਾ ਪਹਿਲੂ ਇਹ ਵੀ ਹੈ ਕਿ ਵੀ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਸੈਨ ਲਿਆ, ਪਰਾਸ਼ੇ ਜੀ ਕਹਿੰਦੇ ਆ ਕਿ ਵੀ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਲੜਾਈ ਲੜੀ, ਇਹਦੇ ਬਾਰੇ ਕੋਈ ਦੋ ਰਵਾਂ ਨਹੀਂ। ਕੁਸ਼ਚਨ ਇਹ ਵੀ ਪੈਦਾ ਹੁੰਦਾ ਕਿ ਜਿਹੜੀ ਧਿਰ ਦੇ ਨਾਲ ਉਹ ਖੜ੍ਹੇ ਹੋਏ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਹੈਗਾ, ਜੇ ਅਸੀਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਐਡੀ ਵੱਡੀ ਲੜਾਈ, ਜਿਹੜਾ ਤੁਸੀਂ ਖੁਦ ਕਿਹਾ ਕਿ ਸਾਰਾ ਪੰਜਾਬ ਜੇਲ੍ਹ ਦੇ ਵਿੱਚ ਤਬਦੀਲ ਹੋ ਗਿਆ, ਅਕਾਲੀ ਦਲ ਨੂੰ ਉਸ ਲੜਾਈ ਤੋਂ ਬਾਅਦ ਮਿਲਿਆ ਕੀ ਸਵਾਏ ਇਸ ਗੱਲ ਦੇ ਕਿ ਜੇ ਆਪਾਂ ਦੇਖੀਏ ਕਿ ਕੇਂਦਰ ਦੇ ਵਿੱਚ ਇੱਕ ਵਜ਼ਾਰਤ ਹੋ ਗਈ, ਕਦੇ ਇੱਕ ਵਜ਼ਾਰਤ ਹੋ ਗਈ, ਕਦੇ ਦੂਜੀ ਵਜ਼ਾਰਤ ਹੋ ਗਈ, ਇਸ ਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ ਕੀ ਖੱਟਿਆ, ਇਸ ਐਡੇ ਵੱਡੇ ਮੋਰਚੇ 'ਚ ਇੰਨੀਆਂ ਮਾਰਾਂ ਖਾਧੀਆਂ, ਪੰਜਾਬੀਆਂ ਨੇ ਮਾਰਾਂ ਖਾਧੀਆਂ, ਆਖਿਰ ਅਸੀਂ ਗੇਨ ਕੀ ਕੀਤਾ ਇਸ ਲੜਾਈ 'ਚੋਂ? ਮੈਨੂੰ ਇੰਝ ਲੱਗਦਾ ਹੈ ਜੀ ਕਿ ਸਿੱਖ ਕੌਮ ਦਾ ਜਿਹੜਾ ਸਾਰਾ ਇਤਿਹਾਸ ਹੈ ਉਹ ਲੜਨ ਵਾਸਤੇ ਤਾਂ ਅਸੀਂ ਬਹੁਤ ਤਗੜੇ ਹਾਂ ਜੀ, ਸਾਡੇ ਅੱਗੇ ਕੋਈ ਨਹੀਂ ਖਲੋ ਸਕਦਾ।
ਪਰ ਲੜਨ ਤੋਂ ਬਾਅਦ ਜਿਸ ਵਕਤ ਕੋਈ ਪੋਲੀਟੀਕਲ ਗੇਨ ਲੈਣਾ, ਕੋਈ ਗੱਦੀ ਸੰਭਾਲਣੀ ਹੈ, ਤਾਂ ਉਸ ਵਕਤ ਜਿਹੜਾ ਨਾ ਅਸੀਂ ਸਾਡਾ ਜਿਹੜਾ ਨਾ ਸੋਚ ਉਹ ਫੇਲ ਹੋ ਜਾਂਦੀ ਹੈ। ਉੱਥੇ ਅਸੀਂ ਜਾ ਕੇ ਫੇਲ ਹੋ ਜਾਂਦੇ ਹਾਂ। ਬਈ ਜਿਵੇਂ ਆਪਾਂ ਨੂੰ ਪਤਾ ਹੈ ਕਿ ਵੀ ਦਿੱਲੀ ਫਤਿਹ ਕਰ ਲਈ, ਲਾਲ ਕਿਲ੍ਹਾ ਕਬਜ਼ੇ 'ਚ ਲੈ ਲਿਆ, ਅਤੇ ਅਸੀਂ ਛੋਟੀ ਜਿਹੀ ਗੱਲ ਪਿੱਛੇ ਉਹ ਦੇ ਦਿੱਤਾ ਉਸ ਵਕਤ। ਇਸੇ ਤਰ੍ਹਾਂ ਹੀ ਜਿਸ ਵਕਤ ਪਾਕਿਸਤਾਨ ਬਣਿਆ, ਤਾਂ ਉਸ ਵਕਤ ਪਾਕਿਸਤਾਨ ਹੁਕਮ ਸੇਰਾਂ ਨੇ ਲਿਖਿਆ ਹੈ ਕਿ ਸੰਵਿਧਾਨ ਦੇ ਵਿੱਚ ਜਿਸ ਵਕਤ ਅਤੇ ਪਾਰਟੀਸ਼ਨ ਦੀ ਗੱਲ ਹੋ ਰਹੀ ਸੀਗੀ, ਤਾਂ ਉਸ ਵਕਤ ਗਿਆਨੀ ਕਰਤਾਰ ਸਿੰਘ ਨੇ ਉੱਠ ਕੇ ਗੱਲ ਕਹੀ ਕਿ ਮੇਰੀ ਕੌਮ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਕਿਸੇ ਵੀ ਕਿਸਮ ਦਾ, ਤੁਸਾਂ ਲੈ ਲਿਆ ਹਿੰਦੁਸਤਾਨ ਵਾਲਿਆਂ ਨੇ, ਅਤੇ ਪਾਕਿਸਤਾਨ ਮੁਸਲਮਾਨ ਵਾਲਿਆਂ ਨੂੰ ਮਿਲ ਗਿਆ, ਅਤੇ ਸਿੱਖ ਕੌਮ ਨੂੰ ਕੁਛ ਨਹੀਂ ਮਿਲਿਆ। ਮੈਂ ਇਸ ਗੱਲ ਦੇ ਪ੍ਰੋਟੈਸਟ ਦੇ ਵਜੋਂ ਮੈਂ ਅਸੀਂ ਵਾਕਆਊਟ ਕਰ ਰਹੇ। ਓਕੇ, ਅਸੀਂ ਆਪਣੇ ਮਹਿਮਾਨਾਂ ਦੇ ਨਾਲ ਐਮਰਜੈਂਸੀ ਦੇ ਉਹਨਾਂ ਕਾਲੇ ਦਿਨਾਂ ਨੂੰ ਲੈ ਕੇ ਚਰਚਾ ਕੀਤੀ ਹੈ। ਕਿਹੋ ਜਿਹੀਆਂ ਪ੍ਰਸਥਿਤੀਆਂ ਬਣੀਆਂ, ਪੰਜਾਬ ਨੇ ਕੀ ਦੇਖਿਆ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀ ਗੇਨ ਕੀਤਾ ਅਤੇ ਕੀ ਭੁਗਤਿਆ, ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਇੱਕ ਗੱਲ ਜਿਹੜੀ ਜਿੱਥੇ ਅਸੀਂ ਮਹਿਮਾਨਾਂ ਦੀ ਗੱਲ ਕਰਦੇ ਹਾਂ, ਇੱਕ ਜਿਹੜੇ ਮਹਿਮਾਨਾਂ ਵੱਲੋਂ ਰਾਏ ਉੱਭਰ ਕੇ ਆਈ ਆ, ਉਹ ਵੀ ਹੈ ਕਿ ਇਹੋ ਜਿਹੇ ਦਿਨ ਮੁਲਕ ਨੂੰ ਕਦੇ ਨਾ ਦੇਖਣੇ ਪੈਣ। ਇਹ ਵੀ ਗੱਲ ਸਹੀ ਹੈ ਕਿ ਜਦੋਂ ਲੋਕ ਹਾਕਮ ਧਿਰਚ ਆ ਜਾਂਦੇ ਆ ਤਾਂ ਉਹਨਾਂ ਨੂੰ ਵਿਰੋਧੀ ਸੁਰਾਂ ਚੰਗੀਆਂ ਨਹੀਂ ਲੱਗਦੀਆਂ, ਪਰ ਵਿਰੋਧੀ ਸੁਰਾਂ ਦੇ ਬਗੈਰ ਲੋਕਤੰਤਰ ਵੀ ਮਜ਼ਬੂਤ ਨਹੀਂ ਹੋ ਸਕਦਾ। ਇਹਨਾਂ ਸਾਰੇ ਮੁੱਦਿਆਂ 'ਚ ਸ਼ਾਮਿਲ ਹੋਣ ਦੇ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹੈ। ਔਰ ਸਾਡੇ ਦਰਸ਼ਕਾਂ ਲਈ ਇਸ ਬਾਰੇ ਕੋਈ ਵੀ ਆਪਣੀ ਰਾਏ ਪ੍ਰੋਗਰਾਮ ਬਾਰੇ ਦੇਣ ਲਈ ਸਾਡਾ ਪਤਾ ਹੈ ਜਗਤਾਰ ਸਿੱਧੂ @ globalpunjabtv.com।